ਫਿਲਮਾਂ ਚ ਤਾਂ ਦੇਖਦੇ ਹੀ ਸੀ ਕਿ ਹੀਰੋ ਮਰੀਜ਼ ਨੂੰ ਸਕੂਟੀ ਤੇ ਹੀ ਹਸਪਤਾਲ ਦੇ ਅੰਦਰ ਲੈ ਜਾਂਦਾ ਹੈ, ਪਰ ਇੱਥੇ ਇਸ ਨਰਸ ਦੀ ਮਨਮਰਜ਼ੀ ਦੇਖੋ, ਜੋ ਬਿਨਾਂ ਸੋਚੇ ਸਮਝੇ ਸਕੂਟੀ ਲੈ ਕੇ ਹੀ ਹਸਪਤਾਲ ਦੇ ਅੰਦਰ ਵੜ ਗਈ। ਨਾ ਤਾਂ ਕੋਈ ਐਮਰਜੈਂਸੀ ਸੀ ਤੇ ਨਾ ਹੀ ਕੋਈ ਪਿੱਛੇ ਬੈਠਾ ਹੋਇਆ ਸੀ, ਬਲਕਿ ਅੱਖਾਂ ਤੇ ਗੋਗਲਸ ਲਗਾ ਕੇ ਸਕੂਟੀ ਚਲਾਉਂਦੀ ਇਹ ਨਰਸ ਸਿੱਧਾ ਹਸਪਤਾਲ ਦੇ ਵਾਰਡਾਂ ਦੇ ਵਿੱਚ ਵੜ ਗਈ। ਵਾਰਡਾਂ ਦੇ ਬਾਹਰ ਬੈਠੇ ਮਰੀਜ਼ਾਂ 'ਚ ਵੀ ਭਾਜੜਾਂ ਪੈ ਗਈਆਂ। ਇਹਨਾਂ ਮਰੀਜ਼ਾਂ 'ਚੋਂ ਹੀ ਇੱਕ ਨੇ ਇਸ ਨਰਸ ਦੀ ਵੀਡੀਓ ਵੀ ਬਣਾ ਲਈ, ਜੋ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਗੌਰ ਨਾਲ ਦੇਖੋ ਕਿ ਕਿਵੇਂ ਇਹ ਨਰਸ ਅੱਖਾਂ ਤੇ ਚਸ਼ਮਾ ਲਗਾਏ ਸਕੂਟੀ ਨੂੰ ਰੇਸ ਦਿੰਦੀ ਸਿੱਧੀ ਹਸਪਤਾਲ ਦੇ ਅੰਦਰ ਆ ਵੜੀ ਹੈ। ਵਾਰਡਾਂ ਦੇ ਵਿੱਚੋਂ ਲੰਘਦੀ ਰਹੀ ਤੇ ਮਰੀਜ਼ਾਂ ਨੂੰ ਪਿੱਛੇ ਹਟ ਕੇ ਰਾਹ ਦੇਣਾ ਪਿਆ, ਜਿਸ ਕਰਕੇ ਮਰੀਜ਼ ਵੀ ਡਾਢੇ ਪਰੇਸ਼ਾਨ ਹੋਏ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸੀਐਮਓ ਵੱਲੋਂ ਕਾਰਵਾਈ ਦੀ ਗਲਤ ਆਖੀ ਗਈ ਹੈ, ਪਰ ਇਸ ਵੀਡੀਓ ਨੂੰ ਲੈ ਕੇ ਲੋਕ ਨਰਸ ਦੇ ਖਿਲਾਫ ਆਪਣੀ ਭੜਾਸ ਕੱਢ ਰਹੇ ਨੇ ਤੇ ਕਹਿ ਰਹੇ ਨੇ ਕਿ ਅਜਿਹੀ ਨਰਸ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ। ਅਜਿਹੀ ਮਨਮਰਜ਼ੀ ਤੇ ਲਾਪਰਵਾਹੀ ਕਿਸੇ ਤੇ ਵੀ ਭਾਰੀ ਪੈ ਸਕਦੀ ਹੈ। ਇਹ ਵੀਡੀਓ ਯੂਪੀ ਦੇ ਪੀਲੀਭੀਤ ਹਸਪਤਾਲ ਦੀ ਦੱਸੀ ਜਾ ਰਹੀ ਹੈ, ਜਿੱਥੇ ਇਹ ਸਟਾਫ ਨਰਸ ਹੈ ਜੋ ਬਿਨਾਂ ਕੁਝ ਸੋਚੇ ਸਮਝੇ ਬੜੀ ਹੀ ਬੇਪਰਵਾਹੀ ਦੇ ਨਾਲ ਸਕੂਟੀ ਲੈ ਕੇ ਸਿੱਧਾ ਹਸਪਤਾਲ ਦੇ ਅੰਦਰ ਵੜ ਗਈ, ਬਲਕਿ ਵਾਰਡਾਂ ਦੇ ਵਿੱਚੋਂ ਵੀ ਸਕੂਟੀ ਤੇ ਹੀ ਲੰਘਦੀ ਰਹੀ ਤੇ ਮਰੀਜ਼ ਇੱਧਰ ਉੱਧਰ ਹੋ ਕੇ ਉਸਨੂੰ ਰਾਹ ਦੇਣ ਲੱਗੇ। ਫਿਲਹਾਲ ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਹੋ ਚੁੱਕੀ ਹੈ ਤੇ ਲੋਕ ਆਪੋ ਆਪਣੇ ਪ੍ਰਤੀਕਰਮ ਵੀ ਦੇ ਰਹੇ ਨੇ ਤੇ ਇਸ ਨਰਸ ਦੇ ਖਿਲਾਫ ਆਪਣਾ ਗੁੱਸਾ ਜ਼ਾਹਰ ਕਰ ਰਹੇ ਨੇ। ਫਿਲਮਾਂ 'ਚ ਤਾਂ ਦੇਖਦੇ ਹੀ ਸੀ ਕਿ ਹੀਰੋ ਮਰੀਜ਼ ਨੂੰ ਸਕੂਟੀ ਤੇ ਹੀ ਹਸਪਤਾਲ ਦੇ ਅੰਦਰ ਲੈ ਜਾਂਦਾ ਹੈ, ਪਰ ਇੱਥੇ ਇਸ ਨਰਸ ਦੀ ਮਨਮਰਜ਼ੀ ਦੇਖੋ, ਜੋ ਬਿਨਾਂ ਸੋਚੇ ਸਮਝੇ ਸਕੂਟੀ ਲੈ ਕੇ ਹੀ ਹਸਪਤਾਲ ਦੇ ਅੰਦਰ ਵੜ ਗਈ। ਨਾ ਤਾਂ ਕੋਈ ਐਮਰਜੈਂਸੀ ਸੀ ਤੇ ਨਾ ਹੀ ਕੋਈ ਪਿੱਛੇ ਬੈਠਾ ਹੋਇਆ ਸੀ, ਬਲਕਿ ਅੱਖਾਂ ਤੇ ਗੋਗਲਸ ਲਗਾ ਕੇ ਸਕੂਟੀ ਚਲਾਉਂਦੀ ਇਹ ਨਰਸ ਸਿੱਧਾ ਹਸਪਤਾਲ ਦੇ ਵਾਰਡਾਂ ਦੇ ਵਿੱਚ ਵੜ ਗਈ। ਵਾਰਡਾਂ ਦੇ ਬਾਹਰ ਬੈਠੇ ਮਰੀਜ਼ਾਂ 'ਚ ਵੀ ਭਾਜੜਾਂ ਪੈ ਗਈਆਂ। ਇਹਨਾਂ ਮਰੀਜ਼ਾਂ 'ਚੋਂ ਹੀ ਇੱਕ ਨੇ ਇਸ ਨਰਸ ਦੀ ਵੀਡੀਓ ਵੀ ਬਣਾ ਲਈ, ਜੋ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਗੌਰ ਨਾਲ ਦੇਖੋ ਕਿ ਕਿਵੇਂ ਇਹ ਨਰਸ ਅੱਖਾਂ ਤੇ ਚਸ਼ਮਾ ਲਗਾਏ ਸਕੂਟੀ ਨੂੰ ਰੇਸ ਦਿੰਦੀ ਸਿੱਧੀ ਹਸਪਤਾਲ ਦੇ ਅੰਦਰ ਆ ਵੜੀ ਹੈ। ਵਾਰਡਾਂ ਦੇ ਵਿੱਚੋਂ ਲੰਘਦੀ ਰਹੀ ਤੇ ਮਰੀਜ਼ਾਂ ਨੂੰ ਪਿੱਛੇ ਹਟ ਕੇ ਰਾਹ ਦੇਣਾ ਪਿਆ, ਜਿਸ ਕਰਕੇ ਮਰੀਜ਼ ਵੀ ਡਾਢੇ ਪਰੇਸ਼ਾਨ ਹੋਏ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸੀਐਮਓ ਵੱਲੋਂ ਕਾਰਵਾਈ ਦੀ ਗਲਤ ਆਖੀ ਗਈ ਹੈ, ਪਰ ਇਸ ਵੀਡੀਓ ਨੂੰ ਲੈ ਕੇ ਲੋਕ ਨਰਸ ਦੇ ਖਿਲਾਫ ਆਪਣੀ ਭੜਾਸ ਕੱਢ ਰਹੇ ਨੇ ਤੇ ਕਹਿ ਰਹੇ ਨੇ ਕਿ ਅਜਿਹੀ ਨਰਸ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ। ਅਜਿਹੀ ਮਨਮਰਜ਼ੀ ਤੇ ਲਾਪਰਵਾਹੀ ਕਿਸੇ ਤੇ ਵੀ ਭਾਰੀ ਪੈ ਸਕਦੀ ਹੈ। ਇਹ ਵੀਡੀਓ ਯੂਪੀ ਦੇ ਪੀਲੀਭੀਤ ਹਸਪਤਾਲ ਦੀ ਦੱਸੀ ਜਾ ਰਹੀ ਹੈ, ਜਿੱਥੇ ਇਹ ਸਟਾਫ ਨਰਸ ਹੈ ਜੋ ਬਿਨਾਂ ਕੁਝ ਸੋਚੇ ਸਮਝੇ ਬੜੀ ਹੀ ਬੇਪਰਵਾਹੀ ਦੇ ਨਾਲ ਸਕੂਟੀ ਲੈ ਕੇ ਸਿੱਧਾ ਹਸਪਤਾਲ ਦੇ ਅੰਦਰ ਵੜ ਗਈ, ਬਲਕਿ ਵਾਰਡਾਂ ਦੇ ਵਿੱਚੋਂ ਵੀ ਸਕੂਟੀ ਤੇ ਹੀ ਲੰਘਦੀ ਰਹੀ ਤੇ ਮਰੀਜ਼ ਇੱਧਰ ਉੱਧਰ ਹੋ ਕੇ ਉਸਨੂੰ ਰਾਹ ਦੇਣ ਲੱਗੇ। ਫਿਲਹਾਲ ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਹੋ ਚੁੱਕੀ ਹੈ ਤੇ ਲੋਕ ਆਪੋ ਆਪਣੇ ਪ੍ਰਤੀਕਰਮ ਵੀ ਦੇ ਰਹੇ ਨੇ ਤੇ ਇਸ ਨਰਸ ਦੇ ਖਿਲਾਫ ਆਪਣਾ ਗੁੱਸਾ ਜ਼ਾਹਰ ਕਰ ਰਹੇ ਨੇ।